ਦੇਸ਼ ਦੁਨੀਆ ਦੀ ਹਰ ਵੱਡੀ ਖਬਰ ਦੇ ਲਈ ਹੁਣੇ ਡਾਊਨਲੋਡ ਕਰੋ ਨੰਬਰ 1 ਨਿਊਜ਼ ਐਪ ਡੈਨਿਕ ਸੂਰਾ ਟਾਈਮਸ ਪੂਰੇ ਦੇਸ਼ ਦੇ ਵਿੱਚ ਕਰੋਨਾ ਦੇ ਮਾਮਲੇ ਇੱਕ ਵਾਰ ਫਿਰ ਤੋਂ ਵੱਧ ਰਹੇ ਨੇ ਸਰਕਾਰਾਂ ਪਾਬੰਦੀਆਂ ਵੀ ਵਧਾਰੀਆਂ ਨੇ ਹਰ ਕੋਈ ਦੁਆ ਕਰ ਰਿਹਾ ਹੈ ਕਿ ਫਿਰ ਤੋਂ ਕਿਤੇ ਲਾਕਡਾਊਨ ਵਰਗੀਆਂ ਤਸਵੀਰਾਂ ਨਜ਼ਰ ਨਾ ਆ ਜਾਣ ਕਿਉਂਕਿ ਲਾਕਡਾਊਨ ਦੇ ਦਿੱਤੇ ਦੁੱਖ ਲੋਕ ਨਹੀਂ ਭੁੱਲੇ ਪਰ ਇਸੇ ਲਾਕਡਾਊਨ ਦੇ ਦੌਰਾਨ ਜਲੰਧਰ ਦੇ ਵਿੱਚੋਂ ਇੱਕ ਖੂਬਸੂਰਤ ਤਸਵੀਰ ਵੀ ਵਿਖਾਈ ਦਿੱਤੀ ਸੀ ਜੀ ਹਾਂ ਅੱਜ ਦੇ ਇਹ ਦਿਨ ਪਿਛਲੇ ਸਾਲ ਯਾਨੀ 3 ਅਪ੍ਰੈਲ 2020 ਨੂੰ ਜਲੰਧਰ ਦੇ ਇਸੇ ਜਗ੍ਹਾ ਤੋਂ ਤੁਹਾਨੂੰ ਹਿਮਾਚਲ ਦੇ ਖੂਬਸੂਰਤ ਪਹਾੜਾਂ ਦਾ ਨਜ਼ਾਰਾ ਦਿਖਾਇਆ ਸੀ ਕਿਉਂਕਿ ਪੋਲਿਊਸ਼ਨ ਬਿਹਤ ਘਟ ਗਿਆ ਸੀ ਤੇ ਵਾਤਾਵਰਣ ਸਾਫ਼ ਹੋਣ ਦੇ ਚੱਲਦੇ ਇੱਥੋਂ ਹੀ ਹਿਮਾਚਲ ਦੇ ਪਹਾੜ ਨਜ਼ਰ ਆ ਰਹੇ ਸਨ ਹਾਲਾਂਕਿ ਅੱਜ ਤਾਂ ਮੇਰੇ ਪਿੱਛੇ ਤੁਸੀਂ ਦੇਖ ਸਕਦੇ ਹੋ ਕਿ ਕੋਈ ਪਹਾੜ ਨਜ਼ਰ ਨਹੀਂ ਆ ਰਹੇ ਲੇਕਿਨ ਪੋਲਿਊਸ਼ਨ ਤੇ ਹੋਰ ਚੀਜ਼ਾਂ ਦੇ ਚੱਲਦੇ ਇੱਕ ਤੁੰਦਲੀ ਚਾਦਰ ਜ਼ਰੂਰ ਵਿਸ਼ੀ ਨਜ਼ਰ ਆ ਰਹੀ ਹੈ ਪਰ ਪਿਛਲੇ ਸਾਲ ਇੱਥੋਂ ਕੀ ਨਜ਼ਾਰਾ ਦਿਖਾਈ ਦਿੱਤਾ ਸੀ ਇੱਕ ਵਾਰ ਫਿਰ ਤੁਹਾਨੂੰ ਉਹ ਯਾਦ ਤਾਜ਼ਾ ਕਰਵਾ ਦਿੰਨੇ ਆਂ ਦੇਸ਼ਪੁਰ ਦੇ ਵਿੱਚ ਲੋਕਡਾਊਨ ਦੇ ਚੱਲਦੇ 에ਅਰ ਕੁਆਲਿਟੀ ਬਿਹਤਰ ਹੋਈ ਹੈ ਪ੍ਰਦੂਸ਼ਣ ਘਟਿਆ ਸੀ ਸਾਰੇ ਇਸ ਚੀਜ਼ ਨੂੰ ਮਹਿਸੂਸ ਵੀ ਕਰ ਰਹੇ ਆਂ ਪਰ ਅੱਜ ਜਲੰਧਰ ਦੇ ਵਿੱਚ ਖੜੇ ਹੋ ਕੇ ਇਸ ਘਟੇ ਪ੍ਰਦੂਸ਼ਣ ਦੇ ਕਾਰਨ ਸਾਨੂੰ ਹਿਮਾਚਲ ਦੇ ਪਹਾੜਾਂ ਦਾ ਨਜ਼ਾਰਾ ਦੇਖਣ ਨੂੰ ਮਿਲ ਰਿਹਾ ਮੈਂ ਇਸ ਵੇਲੇ ਖੜੀ ਆਂ ਜਲੰਧਰ ਦੇ ਗੁਰੂ ਨਾਨਕ ਮਿਸ਼ਨ ਚੌਂਕ ਦੇ ਵਿੱਚ ਤੇ ਮੇਰੇ ਪਿੱਛੇ ਮੈਨੂੰ ਹਿਮਾਚਲ ਦੇ ਪਹਾੜ ਨਜ਼ਰ ਆ ਰਹੇ ਨੇ ਕਰੀਬ 150 ਕਿਲੋਮੀਟਰ ਤੋਂ ਜ਼ਿਆਦਾ ਦੀ ਇਹ ਦੂਰੀ ਹੋਵੇਗੀ ਅੰਦਾਜ਼ੇ ਦੇ ਮੁਤਾਬਕ ਤੇ ਪਹਾੜੇ ਧਰਮਸ਼ਾਲਾ ਦੇ ਆਸ-ਪਾਸ ਦੇ ਨੇ ਜਿੱਥੇ ਪਹਾੜਾਂ ਦੀ ਚੋਟੀ ਦੇ ਉੱਤੇ ਬਰਫ਼ ਵੀ ਵਿਖਾਈ ਦੇ ਰਹੀ ਹੈ ਹਾਲਾਂਕਿ ਇਸ ਤੋਂ ਪਹਿਲਾਂ ਸ਼ਾਇਦ ਹੀ ਕਿਸੇ ਨੇ ਇਹ ਨਜ਼ਾਰਾ ਦੇਖਿਆ ਹੋਵੇਗਾ ਕਿ ਪੰਜਾਬ ਦੇ ਵਿੱਚ ਖਾਸ ਕਰ ਜਲੰਧਰ ਦੇ ਵਿੱਚ ਖੜੇ ਹੋ ਕੇ ਤੁਹਾਨੂੰ हिमाचल ਦੇ ਪਹਾੜਾਂ ਦਾ ਨਜ਼ਾਰਾ ਦੇਖਣ ਨੂੰ ਮਿਲ ਰਿਹਾ ਹੋਵੇਗਾ ਸਾਫ਼ ਪਹਾੜ ਇਥੋਂ ਦਿਖਾਈ ਦੇ ਰਹੇ ਨੇ ਤੁਸੀਂ ਆਪਣੇ ਘਰ ਦੀ ਛੱਤ ਤੇ ਵੀ ਖੜੇ ਹੋਵੋਗੇ ਤਾਂ ਤੁਹਾਨੂੰ ਸ਼ਾਇਦ ਇਹ ਪਹਾੜ ਨਜ਼ਰ ਆ ਜਾਣਗੇ ਜੋ ਕਿ ਸਾਫ਼ ਇਥੋਂ ਵਿਖਾਈ ਦੇ ਰਹੇ ਨੇ ਹਾਲਾਂਕਿ ਆਮ ਦਿਨਾਂ ਦੇ ਵਿੱਚ ਪ੍ਰਦੂਸ਼ਣ ਦੀ ਇੱਕ ਤੁੰਦਲੀ ਚਾਦਰ ਆਸਮਾਨ ਦੇ ਵਿੱਚ ਛਾਈ ਰਹਿੰਦੀ ਹੈ ਤੇ ਸਾਡੀ ਵਿਜ਼ਿਬਿਲਟੀ ਬੇहद ਘੱਟ ਹੁੰਦੀ ਹੈ ਆਸ-ਪਾਸ ਦੀਆਂ ਇਮਾਰਤਾਂ ਤੇ ਸੜਕਾਂ ਹੀ ਸਾਨੂੰ ਵਿਖਾਈ ਦਿੰਦੀਆਂ ਨੇ ਪਰ ਹੁਣ ਕਿਉਂਕਿ ਪ੍ਰਦੂਸ਼ਣ ਘਟਿਆ ਹੈ ਲਾਕਡਾਊਨ ਦੇ ਚੱਲਦੇ 커ਫਿਊ ਲੱਗਿਆ ਹੋਇਆ ਹੈ ਇਸ ਦੇ ਚੱਲਦੇ ਪ੍ਰਦੂਸ਼ਣ ਦੇ ਵਿੱਚ ਕਮੀ ਆਈ ਹੈ ਤੇ ਵਿਜ਼ਿਬਿਲਟੀ ਵੀ ਬਿਹਤਰ ਹੋਈ ਹੈ 에ਅਰ ਕੁਆਲਿਟੀ ਵੀ ਬਿਹਤਰ ਹੋਈ ਹੈ ਸਾਨੂੰ ਸਭ ਨੂੰ ਇਹ ਮਹਿਸੂਸ ਵੀ ਹੋ ਰਿਹਾ ਹੈ ਕਿ ਵਾਤਾਵਰਨ ਸ਼ੁੱਧ ਦਿਖਾਈ ਦੇ ਰਿਹਾ ਹੈ ਪਰ ਇਸੇ ਸ਼ੁੱਧਤਾ ਦਾ ਇੱਕ ਨਜ਼ਾਰਾ ਇਹ ਵੀ ਦਿਖਾਈ ਦੇ ਰਿਹਾ ਹੈ ਕਿ ਜਲੰਧਰ ਦੇ ਵਿੱਚ ਖੜੇ ਹੋ ਕੇ ਸਾਨੂੰ ਹਿਮਾਚਲ ਦੀਆਂ ਵਾਦੀਆਂ ਦਿਖਾਈ ਦੇ ਰਹੀਆਂ ਨੇ ਪਹਾੜ ਦਿਖਾਈ ਦੇ ਰਹੇ ਨੇ ਜਿਨ੍ਹਾਂ ਦੇ ਉੱਤੇ ਜੋ برف ਦੀ ਚਾਦਰ ਹੈ ਉਹਨਾਂ ਦੀਆਂ ਚੋਟੀਆਂ ਦੇ ਉੱਤੇ ਪਈ برف ਵੀ ਦਿਖਾਈ ਦੇ ਰਹੀ ਹੈ ਸ਼ਾਇਦ ਹੀ ਪਹਿਲਾਂ ਕਦੇ ਅਜਿਹਾ ਨਜ਼ਾਰਾ ਇੰਨੀ ਦੂਰੀ ਤੋਂ ਤੁਸੀਂ ਜਾਂ ਅਸੀਂ ਦੇਖਿਆ ਹੋਵੇਗਾ ਕਿ ਇੱਥੇ ਜਲੰਧਰ ਦੇ ਵਿੱਚ ਖੜੇ ਹੋ ਕੇ ਸਾਨੂੰ ਇੰਨੀ ਦੂਰ ਹਿਮਾਚਲ ਦੇ ਵਿੱਚ ਦੂਜੀ ਸਟੇਟ ਦੇ ਵਿੱਚ ਪਹਾੜ ਜਿਨ੍ਹਾਂ ਦੇ ਉੱਤੇ ਬਰਫ਼ਬਾਰੀ ਹੋ ਰਹੀ ਹੈ ਉਹ ਪਹਾੜ ਇੱਥੋਂ ਸਾਫ਼ ਵਿਖਾਈ ਦੇ ਰਹੇ ਨੇ ਬਿਹਤਰ ਖੂਬਸੂਰਤ ਨਜ਼ਾਰਾ ਹੈ ਤੁਸੀਂ ਵੀ ਆਪਣੇ ਘਰ ਦੀਆਂ ਛੱਤਾਂ ਤੇ ਇਸ ਨੂੰ ਦੇਖ ਸਕਦੇ ਹੋ ਕਿਉਂਕਿ ਬਿਹਤ ਸੁੰਦਰ ਨਜ਼ਾਰਾ ਹੈ ਕਿਸ ਜਲੰਧਰ 'ਚ ਖੜੇ ਹੋਏ ਤਾਂ ਸਾਡੇ ਪਿੱਛੇ ਹਿਮਾਚਲ ਦੇ ਪਹਾੜ ਨਜ਼ਰ ਆ ਰਹੇ ਨੇ ਆਪਣੇ ਆਪ ਦੇ ਵਿੱਚ ਅਦਭੁਤ ਨਜ਼ਾਰੇ ਇਸ ਦੇ ਨਾਲ ਤੁਹਾਨੂੰ ਦੱਸ ਦਈਏ ਕਿ ਜੇਕਰ ਅਸੀਂ ਪਹਾੜਾਂ ਦੇ ਆਸ-ਪਾਸ ਜੇ ਦੇਖੇ ਤਾਂ ਪੂਰਾ ਸ਼ਹਿਰ ਜਲੰਧਰ ਸ਼ਹਿਰ ਇਸ ਵੇਲੇ ਸਾਨੂੰ ਬਿਲਕੁਲ ਸਾਫ਼ ਦਿਖਾਈ ਦੇ ਰਿਹਾ ਹੈ ਕਿਉਂਕਿ ਵਾਤਾਵਰਣ ਸ਼ੁੱਧ ਹੋ ਚੁੱਕਿਆ ਹੈ ਪ੍ਰਦੂਸ਼ਣ ਦੇ ਵਿੱਚ ਕਮੀ ਆਈ ਹੈ ਜੋ ਧੁੰਦ ਦੀ ਚਾਦਰ ਇੱਕ ਹੁੰਦੀ ਹੈ ਪ੍ਰਦੂਸ਼ਣ ਵਾਲੇ ਧੂਏ ਦੀ ਚਾਦਰ ਉਹ ਬਿਲਕੁਲ ਸਾਫ਼ ਹੋ ਚੁੱਕੀ ਹੈ ਤੇ ਜਲੰਧਰ ਦੇ ਵਿੱਚ ਖੜੇ ਹੋ ਕੇ ਹੀ ਮੈਨੂੰ ਹਿਮਾਚਲ ਦੇ ਪਹਾ ਸਾਫ ਦਿਖਾਈ ਦੇ ਰਹੇ ਨੇ ਕੈਮਰਾਮੈਨ ਰਵੀ ਦੇ ਨਾਲ ਹਰਮਨ ਹੇਰ ਡੈਨਿਕਸ ਵਰਟੀਵੀ ਜਲੰਧਰ ऑल वर्ल्ड ओपन चैलेंज 17 टाइम गोल्ड मेडलिस्ट मियां रफीक मोहम्मद पंडित मौलवी बेगम तांत्रिक एना चोरा ठग्गा तो सावधान स्पेशलिस्ट वशीकरण सट्टा नंबर लव मैरिज पति पत्नी च अनबन विदेश च पक्का होना कारोबार दा ना चलना सिर्फ 31 घंटेया विच समाधान फ्री फ्री फ्री, फ्री मियां रफीक मोहम्मद मोबाइल तीन सौ 8437494648 ਪੰਡਿਤ ਰਾਦੇ ਸ਼ਰਮਾ ਚਮਤਕਾਰ ਹੁੰਦੇ ਵੇਖੋ ਆਪਣੀਆਂ ਅੱਖਾਂ ਦੇ ਸਾਹਮਣੇ 24 ਘੰਟੇ ਵਿੱਚ ਪਾਓ ਹਰ ਪਰੇਸ਼ਾਨੀ ਦਾ ਹੱਲ ਮੁਸਲਮਾਨੀ ਰੋਹਾਨੀ ਤੇ ਕਾਲੀ ਲੰਮ ਦੇ ਬਾਦਸ਼ਾਹ ਮੇਰੇ ਕੀਤੇ ਨੂੰ ਮੇਰੇ ਤੋਂ ਇਲਾਵਾ ਕੋਈ ਕੱਟ ਨਹੀਂ ਸਕਦਾ ਮੋੜੀ ਵਸ਼ਿਕਰਣ ਕਰਵਾਓ ਮੰਚਾ ਪਿਆਰ ਪਾਓ ਲੰਬ ਮੈਰਿਜ ਸਵਤਨ ਦੁਸ਼ਮਨ ਤੋਂ ਛੁਟਕਾਰਾ ਤਲਾਕੇ ਜ਼ਮੀਨੀ ਝਗੜਾ ਨੌਕਰੀ ਕਾਰੋਬਾਰ ਚ ਰੁਕਾਵਟ ਵਿਦੇਸ਼ ਯਾਤਰਾ ਲੋਟਰੀ ਤੋਂ ਤੁਹਾਨੂੰ ਮਿਲੇਗਾ ਜਾਂ ਨਹੀਂ ਸੱਚਾਈ ਜਾਨੋ ਲੋਟਰੀ ਨੰਬਰ ਪਾਓ 649 ਹੋਵੇ ਜਾਂ ਲੋਟੋ ਮੈਕਸ ਤੁਹਾਡੀ ਹਰ ਗੱਲ 100% ਗੁਪਤ ਰੱਖੀ ਜਾਵੇਗੀ ਪਿਆਰ ਵਿੱਚ ਧੋਖਾ ਖਾਏ ਪ੍ਰੇ 8058558838617